ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਤੁਹਾਡੇ ਨਾਲ ਪਰਮਿੰਦਰ ਸਿੰਘ, ਸਵਾਗਤ ਹੈ ਤੁਹਾਡਾ 2 ਮਿੰਟ ਪੰਜਾਬ ਦੇ ਵਿੱਚ। ਕੱਲ ਗਿੱਦੜਬਾਹਾ ਵੋਟਿੰਗ ਤੋਂ ਬਾਅਦ ਅੱਜ ਬੀਜੇਪੀ ਉਮੀਦਵਾਰ ਮਨਪ੍ਰੀਤ ਬਾਦਲ ਗਿੱਦੜਬਾਹਾ ਆਪਣੇ ਦਫ਼ਤਰ ਦੇ ਵਿੱਚ ਵਰਕਰਾਂ ਨੂੰ ਮਿਲਦੇ ਨਜ਼ਰ ਆਏ। ਗਿੱਦੜਬਾਹਾ ਜ਼ਿਮਨੀ ਚੋਣਾਂ ਨੂੰ ਲੈ ਕੇ ਪਿਛਲੇ ਕਰੀਬ 2 ਮਹੀਨਿਆਂ ਤੋਂ ਉਮੀਦਵਾਰ ਦਿਨ ਰਾਤ ਇੱਕ ਘਰ ਲੋਕਾਂ ਦੇ ਵਿੱਚ ਵਿਚਰ ਰਹੇ ਸਨ ਅਤੇ ਅੱਜ ਜ਼ਰੂਰੀ ਕੁਝ ਰਿਲੈਕਸ ਮਹਿਸੂਸ ਕਰ ਰਹੇ ਨੇ। ਸੀਐਮ ਵੱਲੋਂ ਸ਼ੁਰੂ ਕੀਤੀ ਗਈ ਸਕੀਮ ਦਾ ਲੋਕਾਂ ਨੂੰ ਹੋ ਰਿਹਾ ਫਾਇਦਾ, ਪੰਜਾਬੀਆਂ ਲਈ ਕਾਰਗਰ ਸਾਬਿਤ ਹੋ ਰਹੀ ਹੈ SSF। ਸੜਕ ਸੁਰੱਖਿਆ ਫੋਰਸ ਆਉਣ ਦੇ ਨਾਲ ਘਟੇ 45% ਸੜਕ ਹਾਦਸੇ। ਅੰਮ੍ਰਿਤਸਰ ਦੇ ਜੁਜਾਰ ਐਵਨਿਊ 'ਚ ਘਰ ਦੇ ਬਾਹਰ ਹੋਈ ਫਾਇਰਿੰਗ, 2 ਨੌਜਵਾਨ ਨੇ ਚਲਾਈਆਂ ਤਾਬੜਤੋੜ ਗੋਲੀਆਂ। ਦੀਵਾਰ 'ਤੇ ਗੋਲੀਆਂ ਚਲਾ ਕੇ ਹਮਲਾਵਰ ਮੌਕੇ 'ਤੇ ਹੋਏ ਫਰਾਰ, ਲੋਕਾਂ 'ਚ ਬਣਿਆ ਸਹਿਮ ਦਾ ਮਾਹੌਲ। ਸੁਜਾਨਪੁਰ ਦੇ ਗੁਰਦੁਆਰਾ ਸਾਹਿਬ 'ਚ ਚੱਲ ਰਹੇ ਕੰਮਾਂ ਨੂੰ ਲੈ ਕੇ ਹੋਇਆ ਵਿਵਾਦ, ਇੱਕ ਬਜ਼ੁਰਗ ਦੀ ਵਿਅਕਤੀ ਨੇ ਕੀਤੀ ਬੇਰਾਮੀ ਨਾਲ ਕੁੱਟਮਾਰ, ਬਜ਼ੁਰਗ ਨੂੰ ਕੁੱਟਣ ਦੀ ਵੀਡੀਓ ਹੋ ਰਹੀ ਵਾਇਰਲ। ਹੁਸ਼ਿਆਰਪੁਰ ਦੇ ਹਲਕਾ ਦਸੂਹਾ 'ਚ ਟਰੱਕ ਅਤੇ ਟਰਾਲੀ ਵਿਚਕਾਰ ਹੋਈ ਜ਼ਬਰਦਸਤ ਟੱਕਰ, ਦੋਵਾਂ ਵਾਹਨਾਂ 'ਚ ਸਵਾਰ 3 ਵਿਅਕਤੀ ਹੋਏ ਗੰਭੀਰ ਰੂਪ 'ਚ ਜ਼ਖਮੀ, ਟਰੱਕ ਡਰਾਈਵਰ ਦੀ ਮੌਕੇ 'ਤੇ ਹੋਈ ਮੌਤ। ਜ਼ਖਮੀਆਂ ਨੂੰ ਫਿਲਹਾਲ ਦਸੂਹਾ ਦੇ ਸਰਕਾਰੀ ਹਸਪਤਾਲ 'ਚ ਇਲਾਜ ਲਈ ਭੇਜਿਆ ਗਿਆ। ਇਤਿਹਾਸਿਕ ਨਗਰੀ ਤਰਨ ਤਾਰਨ ਵਿਖੇ ਦੁਕਾਨਦਾਰਾਂ ਅਤੇ ਰੇਹੜੀਆਂ ਫੜੀਆਂ ਦੇ ਵੱਲੋਂ ਸੜਕਾਂ 'ਤੇ ਕੀਤੇ ਨਜਾਇਜ਼ ਕਬਜ਼ੇ ਅਤੇ ਨਗਰ ਕੌਂਸਲ ਅਤੇ ਪੁਲਿਸ ਦਾ ਵੱਡਾ ਐਕਸ਼ਨ, ਸੜਕਾਂ ਖਾਲੀ ਕਰਾ ਦਿੱਤੀ ਚੇਤਾਵਨੀ। ਹਲਕਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਮਾਲਵਿੰਦਰ ਕੰਗ ਨੇ ਅੱਜ ਰੋਪੜ ਵਿਖੇ ਲੋਕਾਂ ਨੂੰ ਮਿਲਣ ਦੇ ਲਈ ਆਪਣਾ ਦਫ਼ਤਰ ਖੋਲ੍ਹਿਆ। ਇਸ ਮੌਕੇ ਭਾਰੀ ਗਿਣਤੀ 'ਚ ਲੋਕ ਉਹਨਾਂ ਨੂੰ ਮਿਲਣ ਲਈ ਪਹੁੰਚੇ ਅਤੇ ਆਪਣੀ ਸਮੱਸਿਆ ਤੋਂ MP ਨੂੰ ਜਾਣੂ ਕਰਵਾਇਆ ਅਤੇ ਕਈ ਸ਼ਿਕਾਇਤਾਂ ਦਾ ਮੌਕੇ 'ਤੇ ਵੀ ਨਿਪਟਾਰਾ ਕੀਤਾ। ਅੰਤਰਰਾਸ਼ਟਰੀ ਡਰੱਗ ਰੈਕਟ ਦੇ ਵਿੱਚ ਇੱਕ ਹੋਰ ਅਹਿਮ ਪ੍ਰਾਪਤੀ, CP ਸੋਪਨ ਸ਼ਰਮਾ ਦੀ ਅਗਵਾਈ ਦੇ ਵਿੱਚ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਭੁੱਕੀ ਦੀ ਤਸਕਰੀ ਦੇ ਵਿੱਚ ਸ਼ਾਮਿਲ 2 ਹੋਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ।